ਪੁਲਿਸ ਨੇ ਲੁੱਟ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਕੈਂਟਰ ਦੇ ਨਾਲ ਬਾਸਮਤੀ ਦੀਆਂ 493 ਬੋਰੀਆਂ, ਇੱਕ ਰਾਈਫਲ, 315 ਬੋਰ ਸਮੇਤ 6 ਜ਼ਿੰਦਾ ਕਾਰਤੂਸ ਅਤੇ 2 ਤੇਜ਼ ਹਥਿਆਰ ਅਤੇ 3 ਬੇਸਬਾਲ ਬਰਾਮਦ ਕੀਤੇ ਹਨ। ਐਸਪੀਡੀ ਫਿਰੋਜ਼ਪੁਰ ਦੇ ਬਲਜੀਤ ਸਿੰਘ ਸਿੱਧੂ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, ਇਹਨਾਂ ਤੋਂ ਅਸੀਂ 6 ਜਿਹੜੇ ਗਰੋਹ ਦੇ ਮੈਂਬਰ ਫੜੇ ਨੇ, ਜਿਨ੍ਹਾਂ ਦਾ ਮੇਨ ਜਿਹੜਾ ਹੈੱਡ ਹੈਗਾ ਉਹ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ ਆ ਜੀ। ਇਸ ਦੇ ਕੋਲੋਂ ਅਸੀਂ 493 ਗੱਟੇ ਜਿਹੜੇ ਝੋਨੇ ਦੇ ਇਹਨਾਂ ਨੇ ਲੁੱਟੇ ਸੀ ਗਨ ਪੁਆਇੰਟ ਦੇ ਉੱਪਰ, ਉਹ ਬਰਾਮਦ ਕੀਤੇ ਆ। ਪਲੱਸ ਜਿਹੜਾ ਕੈਂਟਰ ਲੁੱਟਿਆ ਸੀ ਉਹ ਬਰਾਮਦ ਕੀਤਾ ਹੈਗਾ। 315 ਬੋਰ ਦੀ ਇੱਕ ਇਹਨਾਂ ਕੋਲੋਂ ਰਾਈਫਲ ਮਿਲੀ ਆ ਸਾਨੂੰ। ਇਸ ਤੋਂ ਬਿਨਾਂ ਜਿਹੜੇ ਕਾਪੇ ਅਤੇ ਜਿਹੜੀਆਂ ਡਾਂਗਾਂ ਸੋਟੇ ਜਿਹਨਾਂ ਨੇ ਜਿਹੜੇ ਇਹਨਾਂ ਨੇ ਲੁੱਟ ਦੇ ਵਿੱਚ ਵਰਤੇ ਸੀਗੇ ਉਹ ਅਸੀਂ ਬਰਾਮਦ ਕੀਤੇ। ਸਰ, ਇਹ ਕੈਂਟਰ ਹੀ ਲੁੱਟਦੇ ਸੀ ਜਾਂ ਆਮ ਸਰਕਾਰੀ ਜਿਹੜੇ ਗੋਦਾਮ ਹੈ ਉਹਨਾਂ ਨੂੰ ਵੀ ਕਾਫੀ ਘਟਨਾਵਾਂ ਸਾਹਮਣੇ ਆਈਆਂ, ਕਾਫੀ ਲੁੱਟ ਕੇ ਲੈ ਗਏ? ਹਾਂ, ਉਹ ਵੀ ਕੈਂਟਰ ਤਾਂ ਅਸੀਂ ਬਰਾਮਦ ਕਰ ਹੀ ਲਿਆ। ਇਸ ਬਾਰੇ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ, ਰਿਮਾਂਡ ਲੈ ਕੇ ਅਸੀਂ ਕਰਦੇ ਹਾਂ। ਜੇ ਫਰਦਰ ਕੋਈ ਗੋਦਾਮਾਂ ਵਗੈਰਾ ਦੀ ਗੱਲ ਨਿਕਲੀ ਤਾਂ ਉਹ ਵੀ ਸਾਹਮਣੇ ਆ ਜਾਊਗਾ। ਸਰ, ਜਿਹੜਾ ਇੱਕ ਬੜਾ ਵੱਡਾ ਰੈਕਟ ਹੈਗਾ ਜਿਹੜਾ ਕਿ ਗੋਦਾਮਾਂ ਦੇ ਵਿੱਚੋਂ ਚੋਰੀ ਕਰਕੇ ਜਿਹੜਾ ਅੱਗੇ ਵੇਚਦਾ ਹੈਗਾ, ਕਿ ਇਹ ਜਿਹੜਾ ਹਲੇ ਤੱਕ ਨੈਕਸਸ ਟੁੱਟ ਨਹੀਂ ਪਾਇਆ ਕਿ ਕਰੋੜਾਂ ਰੁਪਏ ਦੀ ਸਰ ਜਿਹੜਾ ਸਰਕਾਰੀ ਜਿਹੜਾ ਚੋਰੀ ਹੋ ਚੁੱਕੀ ਹੈ? ਨਹੀਂ, ਪਹਿਲਾਂ ਅਸੀਂ ਫੜੇ ਆ, ਪਹਿਲਾਂ ਬੰਦੇ ਜਿਹੜੇ ਬੰਦੇ ਗੋਦਾਮਾਂ 'ਚ ਵੀ ਕਰਦੇ ਨੇ, ਗੋਦਾਮਾਂ ਵਾਲੀ ਵੀ ਤਬਦੀਲ ਚੱਲ ਰਹੀ ਹੈ ਜੀ, ਉਹ ਵੀ ਹੋਪਫੁਲੀ ਅਸੀਂ ਇਹ ਵੀ ਹੋ ਸਕਦੇ ਨੇ ਇਹ ਹੋ ਸਕਦੇ ਆ, ਪਰ ਇਹਨਾਂ ਦਾ ਜਿਹੜਾ ਮੋਟਰ ਸਪਲੈਂਡੀ ਹੈਗਾ ਉਹ ਅਲੱਗ ਹੈ, ਗੱਡੀਆਂ ਲੁੱਟਣ ਦਾ ਮੋਟਰ ਸਪਲੈਂਡੀ ਹੈਗਾ। ਸਰ, ਕਿੱਥੇ ਵੇਚਦੇ ਜੀ ਸਮਾਨ ਚੋਰੀ ਦਾ ਜਿਹੜਾ? ਅਜੇ ਇਹਨਾਂ ਨੇ ਵੇਚਣਾ ਜੀ, ਉਹ ਪਤਾ ਕਰਦੇ ਹਾਂ ਕਿੱਥੇ ਡਿਸਪੋਜ਼ ਆਫ ਕਰਦੇ। ਇਹਨਾਂ ਨੇ ਹੁਣ ਘਰੇ ਰੱਖਿਆ ਹੋਇਆ ਸੀਗਾ ਆਪਣੇ ਸਮਾਨ ਨੂੰ। ਕਿੰਨੇ ਬੰਦੇ ਸਰ ਫੜੇ? ਇਹ 6 ਬੰਦੇ ਫੜੇ ਆ ਜੀ।